ਜੀ ਸਾਨੂੰ ਇਸ ਦੁੱਧ 'ਚ ਤਕਰੀਬਨ 10,000 ਦਾ ਰੋਜ਼ ਦੁੱਧ ਬਣ ਜਾਂਦਾ, ਜਿਹਦੇ ਵਿੱਚੋਂ ਸਾਡਾ ਖਰਚਾ 3,000-3,500 ਆਏਗਾ, ਠੀਕ ਹੈ, ਬਾਕੀ ਸਾਡੀ ਬੱਚਤ ਹੈ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਬਾਈ ਜੀ, ਆਪਦਾ ਕੀ ਨਾਮ ਹੈ ਜੀ? ਮੇਰਾ ਨਾਮ ਅਮਨ ਜੀ। ਬਾਈ ਜੀ ਨੇ ਆਪਣਾ ਇਲਾਕਾ ਕਿਹੜਾ ਜੀ? ਜੀ ਪੀਰਕੋਟ, ਜ਼ਿਲ੍ਹਾ ਸਿਆਲਕੋਟ। ਬਾਈ ਜੀ ਨੇ ਜਾਨਵਰਾਂ ਦਾ ਕੰਮ ਕਿੰਨੀ ਦੇਰ ਤੋਂ ਕਰਦੇ ਪਏ ਹੋ ਜੀ? ਅਸੀਂ ਕੰਮ ਤੇ ਦਾਦੇ ਪੜਦਾਦੇ ਤੋਂ ਕਰਦੇ ਆ ਰਹੇ ਹਾਂ, ਤਕਰੀਬਨ ਮੇਰੇ ਵੀ 35 ਸਾਲ ਉਮਰ ਹੋ ਗਈ ਤੇ ਇਹ ਕੰਮ ਕਰ ਰਹੇ ਹਾਂ। ਅੱਛਾ, ਤੇ ਜਦੋਂ ਤੁਸੀਂ ਇਸ ਕੰਮ ਦੇ ਵਿੱਚ ਆਏ ਦੇ ਹੋ, ਤੁਸੀਂ ਕਿਸ ਤਰ੍ਹਾਂ ਦਾ ਕੰਮ ਸਮਝਿਆ ਜੀ? ਕੰਮ ਸਾਡੇ ਵਾਸਤੇ ਤਾਂ ਆਸਾਨ ਹੀ ਹੈ ਤੇ ਆਮ ਲੋਕਾਂ ਨੂੰ ਲੱਗਦਾ ਹੈ ਕੰਮ ਔਖਾ, ਲੇਕਿਨ ਸਾਡੇ ਵਾਸਤੇ ਬਹੁਤ ਆਸਾਨ। ਤੁਹਾਡੇ ਵਾਸਤੇ ਆਸਾਨ ਕਿਉਂ ਹੈ ਜੀ? ਆਸਾਨ ਹੈ ਜੀ, ਹਾਂ ਕਿ ਇਹਨਾਂ ਦੀ ਕੰਮ ਦੀ ਰੂਟੀਨ ਬਣਾਈਏ। ਅੱਛਾ, ਘੰਟਾ ਡੇਢ ਸੁਬਾਹ ਕੰਮ ਕਰੀਏ, ਘੰਟਾ ਡੇਢ ਸ਼ਾਮ ਨੂੰ ਕਰੀਏ ਤੇ ਫਾਰਗ ਹੋ ਜਾਣੇ, ਬੰਦਿਸ਼ ਕੋਈ ਨਹੀਂ। ਕਿਹੜੀ ਰੂਟੀਨ ਹੈ ਤੁਹਾਡੀ ਜਿਹਦੇ ਨਾਲ ਤੁਸੀਂ, ਤੁਹਾਡਾ ਕੰਮ ਆਸਾਨ ਹੋ ਗਿਆ? ਆਪਣੀ ਰੂਟੀਨ ਇੱਕ ਵਾਰੀ ਫਿਰ ਦੱਸਿਓ, ਸੁਬਹ ਤੋਂ ਲੱਗ ਕੇ ਸ਼ਾਮ ਤੱਕ ਡਿਟੇਲ ਨਾਲ ਜੀ। ਸੁਬਹਾ ਇਨਸ਼ਾਅੱਲਾ ਅਸੀਂ ਫਜਰ ਟਾਈਮ ਉੱਠਦੇ ਹਾਂ, ਨਮਾਜ਼ ਸ਼ਮਾਜ਼ ਪੜ੍ਹ ਕੇ ਧਾਰਾਂ ਚੋ ਕੇ ਮਾਸ਼ਾਅੱਲਾ ਨਾਲ ਹੀ ਅਸੀਂ ਪੱਠੇ ਲੈ ਆਉਂਦੇ ਹਾਂ। ਉਸ ਤੋਂ ਬਾਅਦ ਅਸੀਂ 2 ਵਜੇ ਤੱਕ ਬਿਲਕੁਲ ਫ੍ਰੀ ਹੁੰਦੇ ਹਾਂ, ਠੀਕ ਹੈ। 2 ਵਜੇ ਤੋਂ ਬਾਅਦ ਅਸੀਂ ਇਹਨਾਂ ਨੂੰ ਕੁਤਰ ਕੇ ਪਾ ਕੇ ਫਿਰ ਧਾਰਾਂ ਕੱਢ ਕੇ ਮਗਰਬ ਤੋਂ ਪਹਿਲਾਂ ਫਿਰ ਅਸੀਂ ਫਾਰਗ ਹੋ ਜਾਂਦੇ ਹਾਂ। ਸਹੀ ਹੈ। ਤੁਸੀਂ ਫੁੱਲ ਟਾਈਮ ਇਹ ਕੰਮ ਕਰਦੇ ਹੋ ਜਾਂ ਇਹਦੇ ਨਾਲ ਕੋਈ ਹੋਰ ਵੀ ਕੰਮ ਹੈ? ਜੀ ਮੈਂ ਇਸ ਤੋਂ ਇਲਾਵਾ ਕੋਈ ਡੰਗਰ ਹੋਰ ਲਿਆ ਕੇ ਲੈਣ ਦੇਣ ਵਾਲਾ ਕਰ ਲੈਂਦੇ ਹਾਂ। ਅੱਛਾ, ਤੁਸੀਂ ਦੱਸਿਆ ਕਿ ਸ਼ੁਰੂ ਤੋਂ ਤੁਸੀਂ ਇਹੀ ਕੰਮ ਕਰ ਰਹੇ ਹੋ ਜੀ? ਬਿਲਕੁਲ। ਸਵਾਲ ਜ਼ਰਾ ਸੋਚ ਕੇ ਦੱਸਣਾ ਜੇ, ਜਲਦਬਾਜ਼ੀ ਨਾ ਕਰਿਓ, ਇਹ ਕੰਮ ਤੁਹਾਡੀ ਨਜ਼ਰ 'ਚ ਕੈਸਾ ਹੈ? ਜੀ ਮੇਰੀ ਨਜ਼ਰ 'ਚ ਕੰਮ ਬਿਲਕੁਲ ਠੀਕ ਹੈ। ਜਿਹੜੇ ਨੌਜਵਾਨ ਭਾਈ ਫਾਰਮਰ ਨਵੇਂ ਪੁਰਾਣੇ ਸਾਡੀ ਵੀਡੀਓ ਵੇਖ ਰਹੇ ਨੇ, ਗੱਲ ਸੁਣ ਰਹੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਹ ਕੰਮ ਅੱਛਾ ਹੈ ਔਰ ਕਿਸ ਹਵਾਲੇ ਨਾਲ ਅੱਛਾ ਹੈ, ਕਿਸ ਤਰ੍ਹਾਂ ਇਹਦੀ ਅੱਛਾਈ ਬਿਆਨ ਕਰੋਗੇ? ਜੀ ਕੰਮ ਮਾਸ਼ਾਅੱਲਾ ਜੀ, ਜਿਹੜਾ ਭਰਾ ਇਹ ਕੰਮ ਕਰਦਾ ਉਹਨੂੰ ਤੇ ਜ਼ਿਆਦਾ ਪਤਾ ਹੈ ਕਿ ਜਿਹੜਾ ਬੰਦਾ ਇੰਨਾ ਰੂਟੀਨ ਨਾਲ ਕੰਮ ਨੂੰ ਸਮਝਦਾ ਨਾ, ਉਹ ਅਗਰ ਕਰੇਗਾ ਤੇ ਇਹਦੇ 'ਚ ਮਜ਼ਾ ਆਏਗਾ, ਉਹਨੂੰ ਫਾਇਦਾ ਵੀ ਹੋਏਗਾ। ਜਿਹੜੇ ਬਾਹਰ ਜਾਂਦੇ ਨੇ ਨੌਕਰੀ ਕਰਦੇ ਨੇ, ਫੈਕਟਰੀ 'ਚ ਕੰਮ ਕਰਦੇ ਨੇ, ਉਹਦੇ ਨਾਲ ਕੰਪੇਅਰ ਕਰਿਓ ਇਹਨੂੰ ਜੀ, ਉਹਦੇ ਨਾਲ ਕੰਮ ਕਾਫੀ ਦਰ ਤੇ ਬਿਹਤਰ ਹੈ ਜੀ। ਭਾਈ ਜੀ ਸਾਨੂੰ ਇਹ ਕੰਮ ਇਸ ਲਈ ਸੌਖਾ ਲੱਗਦਾ ਕਿ ਅਸਾਂ ਇਹਦੀ ਇੱਕ ਰੂਟੀਨ ਬਣਾਈਏ, ਰੂਟੀਨ ਦੇ ਹਵਾਲੇ ਨਾਲ ਅਗਰ ਕੰਮ ਕਰੀਏ ਤੇ ਬਿਲਕੁਲ ਆਸਾਨ ਹੈ। ਅਗਰ ਜਿਹੜੇ ਭਰਾ ਇੱਥੋਂ ਜਾ ਕੇ ਬਾਹਰ 'ਚ ਕੰਮ ਮੁਲਕਾਂ 'ਚ ਕੰਮ ਕਰਦੇ ਨੇ, ਉਹਦੇ ਨਾਲ ਉਹ ਸਾਡੀ ਐਵਰੇਜ ਤਕਰੀਬਨ ਠੀਕ ਆ ਜਾਂਦੀ ਹੈ। ਬਾਹਰ ਦੇ ਮੁਲਕ ਜਾ ਕੇ ਵੀ ਉਹਨਾਂ ਨੇ ਕਿਸੇ ਦੇ ਤਹਿਤ ਕੰਮ ਕਰਨਾ, ਅਸੀਂ ਸਾਡਾ ਆਪਣਾ ਬਾਦਸ਼ਾਹ ਹੀ ਕੰਮ ਹੈ, ਇਸ ਲਈ ਅਸੀਂ ਕਿਸੇ ਦੇ ਪਵੰਦ ਨਹੀਂ, ਜੇ ਦਿਲ ਕੀਤਾ ਉਸ ਲਈ ਕਰ ਲਿਆ। ਔਰ ਤੁਸੀਂ ਆਪਣੇ ਕੰਮ ਨੂੰ ਹੁਨਰ ਬਣਾ ਚੁੱਕੇ ਹੋ? ਜੀ ਬਿਲਕੁਲ। ਅੱਛਾ ਇਹ ਦੱਸਿਓ ਕਿ ਤੁਹਾਡੇ ਕੋਲ ਇਸ ਟਾਈਮ ਮਾਸ਼ਾਅੱਲਾ ਡੰਗਰ ਕਿੰਨੇ ਨੇ ਟੋਟਲ? ਜੀ ਸਾਡੇ ਕੋਲ ਇਸ ਲਈ ਡੰਗਰ 20 ਹੋਣੇ ਜੀ। ਕਿਹੜੀ ਨਸਲ ਦੇ ਡੰਗਰ ਜੇ? ਜੇ ਸਾਡੇ ਕੋਲ ਜ਼ਿਆਦਾ ਚੀਚਾ ਵਤਨ ਤੇ ਨੀਲੀ ਦੇ ਨਾਲ। ਠੀਕ ਹੋ ਗਿਆ, ਕਿਉਂਕਿ ਡੰਗਰ ਦੁੱਧ ਦੇਣ ਵਿੱਚ ਅੱਛੇ ਨੇ। ਹਾਂਜੀ ਬਿਲਕੁਲ। ਲਹਿਰੀਆਂ ਮੱਝਾਂ ਕਿੰਨੀਆਂ ਨੇ ਔਰ ਖਾਂਗੜੀਆਂ ਕਿੰਨੀਆਂ ਨੇ? ਜੀ ਲਹਿਰੀਆਂ ਸਿਰਫ 4 ਜੇ, ਬਾਕੀ ਖਾਂਗੜੀਆਂ ਨੇ, ਦੁੱਧ ਵੈਸੇ ਦੇ ਰਹੀਆਂ ਨੇ। ਦੁੱਧ ਵੈਸੇ ਦੇ ਰਹੀਆਂ ਨੇ। ਮਾਸ਼ਾਅੱਲਾ ਤੁਹਾਡੇ ਫਾਰਮ ਦਾ ਇੱਕ ਵਕਤ ਦਾ ਕਿੰਨਾ ਦੁੱਧ ਹੋ ਜਾਂਦਾ? ਜੀ ਤਕਰੀਬਨ ਇੱਕ ਵਕਤ ਦਾ ਹੋ ਜਾਂਦਾ 60 ਕਿਲੋ। ਯਾਨੀ ਕਿ 2 ਵਕਤ ਦਾ ਤੁਹਾਡਾ ਹੋ ਗਿਆ 120 ਕਿਲੋ। ਹਾਂਜੀ। ਤਕਰੀਬਨ 3 ਮਣ ਬਣ ਜਾਂਦਾ ਹੈ। 3 ਮਣ ਦੇ ਕਿੰਨੇ ਤੁਹਾਨੂੰ ਪੈਸੇ ਆਈ ਜਾਂਦੇ ਨੇ ਡੇਲੀ ਬੇਸ ਤੇ? ਜੀ ਭਾਈ ਜੀ ਸਾਨੂੰ ਇਸ ਦੁੱਧ 'ਚ ਤਕਰੀਬਨ 10,000 ਦਾ ਰੋਜ਼ ਦੁੱਧ ਬਣ ਜਾਂਦਾ, ਜਿਹਦੇ ਵਿੱਚੋਂ ਸਾਡਾ ਖਰਚਾ 3,000-3,500 ਆਏਗਾ, ਠੀਕ ਹੈ, ਬਾਕੀ ਸਾਡੀ ਬੱਚਤ ਹੈ। ਸਹੀ ਹੈ। ਯਾਨੀ ਕਿ ਤੁਹਾਡਾ ਜਿਹੜਾ ਵੀ ਰੇਸ਼ੋ ਉਹ ਤਕਰੀਬਨ 60-70% ਤੁਹਾਡਾ ਇਸ ਟਾਈਮ ਰੇਸ਼ੋ ਤੁਹਾਡੀ ਆ ਰਹੀ ਹੈ ਬੱਚਤ ਦੀ। ਜੀ ਬਿਲਕੁਲ। ਅੱਛਾ ਜਾਨਵਰ ਉਹਨੂੰ ਕੋਈ ਮਸਾਇਲ ਵੀ ਹੈ ਨਾ ਇਸ ਕੰਮ 'ਚ, ਕੋਈ ਮਸਲੇ ਵੀ ਆਏ ਨੇ? ਜੀ ਮਸਲਾ ਫਿਲਹਾਲ ਤਾਂ ਕੋਈ ਵੀ ਨਹੀਂ, ਤਕਰੀਬਨ ਠੀਕ। ਬਿਮਾਰੀ ਵਗੈਰਾ ਅਗਰ ਲੱਗੇ? ਬਿਮਾਰੀ ਲੱਗੇ ਤੇ ਡਾਕਟਰ ਨਾਲ ਰਾਬਤਾ ਕਰ ਲਈਦਾ, ਡਾਕਟਰ ਜੀ ਦੇਖ ਨਾਲ। ਕਿਹੜਾ ਵੰਡਾ ਪਾਉਂਦੇ ਪਏ ਔਰ ਕਿਹੜੇ ਵੰਡੇ ਨੂੰ ਅੱਛਾ ਸਮਝਦੇ ਹੋ ਡੰਗਰਾਂ ਵਾਸਤੇ? ਜੀ ਇਸ ਟਾਈਮ ਅਸੀਂ ਖਲ ਦਾ ਵੀ, ਵਡੇਵੇਂ ਦਾ ਵੀ ਵੰਡਾ ਪਾ ਰਹੇ ਹਾਂ ਤੇ ਨਾਲ ਐਚਡੀ। ਕਿਹੜਾ ਵੰਡਾ ਜਿਹੜਾ ਵੇ ਤੁਹਾਡੀ ਨਜ਼ਰ ਦੇ ਵਿੱਚ ਬਿਹਤਰ ਹੈ, ਦੁੱਧ ਜਿਹੜਾ ਵਧਾਏ ਵੀ ਜਾਂ ਦੁੱਧ ਨੂੰ ਕਾਇਮ ਰੱਖੇ, ਜਿਹੜਾ ਮੱਝ ਅੱਛਾ ਦੁੱਧ ਦੇ ਰਹੀ ਹੈ? ਜੀ ਐਚਡੀ ਇਸ ਲਈ ਸਾਡੀ ਨਜ਼ਰ 'ਚ ਬਿਹਤਰ ਜਾ ਰਿਹਾ। ਇਹ ਰੈਡੀਮੇਡ ਹੈ? ਹਾਂਜੀ। ਕਿਸ ਤਰ੍ਹਾਂ ਇਸਤੇਮਾਲ ਕਰਦੇ ਹੋ, ਸੁੱਕਾ ਭੇ ਕੇ ਜਾਂ ਪੱਠਿਆਂ ਦੇ ਨਾਲ, ਕਿਸ ਤਰ੍ਹਾਂ? ਬਿਲਕੁਲ ਸੁੱਕਾ। ਅੱਛਾ, ਮਿਕਦਾਰ ਕੀ ਜੇ ਦੀ? ਮਿਕਦਾਰ 2 ਕਿਲੋ ਫੀਡ ਅੰਦਰ ਨੂੰ ਇੱਕ ਟਾਈਮ ਦਾ। ਠੀਕ ਹੈ। ਟੀਕੇ ਰਖਾਣੇ ਨੂੰ ਤੁਸੀਂ ਬਿਹਤਰ ਸਮਝਦੇ ਹੋ ਜਾਂ ਫਿਰ ਝੋਟਾ ਰੱਖਣਾ? ਜੀ ਹਾਂ ਝੋਟਾ ਆੜਾ ਨਸਲ ਦਾ ਰੱਖਿਆ ਸੀ ਜਿਹੜਾ ਤੁਹਾਨੂੰ ਵਿਖਾਇਆ। ਕਦੀ ਤੁਹਾਨੂੰ ਇੰਜ ਵੀ ਹੋਇਆ ਕਿ ਝੋਟਾ ਤੁਸੀਂ ਤੁਸੀਂ ਰੱਖਿਆ ਔਰ ਤੁਹਾਡੀ ਮੱਝ ਜਿਹੜੀ ਹੈ ਉਹ ਨਾ ਬਣੀ ਹੋਏ, ਕਦੀ ਇੰਜ ਵੀ ਹੋਇਆ? ਨਹੀਂ, ਬਣ ਜਾਂਦੀ ਉਹ ਪਤਾ ਚੱਲ ਜਾਂਦਾ? ਹਾਂਜੀ ਪਤਾ ਚੱਲ ਜਾਂਦਾ। ਠੀਕ ਹੋ ਗਿਆ। ਝੋਟਾ ਕਿਹੜੀ ਨਸਲ ਦਾ ਹੋਣਾ ਚਾਹੀਦਾ? ਜੀ ਝੋਟਾ ਨੀਲੀ ਦਾ। ਠੀਕ ਹੋ ਗਿਆ। ਅੱਛਾ ਬਾਈ ਜਾਨ ਇਹ ਦੱਸਿਓ ਕਿ ਕਿੰਨੇ ਪੱਠੇ ਬੀਜਦੇ ਹੋ ਤੁਸੀਂ ਇੰਨੇ ਡੰਗਰਾਂ ਵਾਸਤੇ? ਜੀ 4 ਕਿੱਲੇ ਸਟਾਲਾ ਜੇ ਤੇ 1 ਕਿੱਲਾ ਇੱਕ ਕਣਕ ਸੀ ਕੋਨੀ। ਠੀਕ ਹੋ ਗਿਆ। ਤੂੜੀ ਕਿੰਨੀ ਇਕੱਠੀ ਕਰਦੇ ਹੋ ਸਾਲ ਦੀ? ਤੂੜੀ 8 ਕਿੱਲੇ। ਸਹੀ ਹੋ ਗਿਆ। ਅੱਛਾ ਅਸੀਂ ਤੁਹਾਡਾ ਸ਼ੈੱਡ ਵੇਖ ਰਹੇ ਹਾਂ, ਇਹ ਲੋ ਕਾਸਟ ਨੋ ਕਾਸਟ ਦਾ ਸ਼ੈੱਡ ਹੈ, ਖੁੱਲ੍ਹਾ ਵੀ ਹੈ। ਹਾਂਜੀ। ਇਹਦੀ ਕਿੰਨੀ ਕੁ ਕੀਮਤ ਹੈ ਜਿਹੜਾ ਤੁਹਾਡਾ ਸ਼ੈੱਡ ਬਣਿਆ ਇਸ ਟਾਈਮ, ਕਿੰਨੇ ਕੁ ਪੈਸੇ ਲੱਗ ਗਏ ਨੇ?
ਜੀ ਇਸ ਟਾਈਮ ਅਗਰ ਜਿਹੜਾ ਭਰਾ ਇਹਦਾ ਸ਼ੈੱਡ ਬਣਾਇਆ ਤਕਰੀਬਨ ਉਹਦਾ 10-12 ਲੱਖ ਰੁਪਇਆ ਖਰਚਾ ਆ ਗਿਆ। ਇੱਕ ਮੱਝ ਵਾਸਤੇ ਕਿੰਨੀ ਜਗ੍ਹਾ ਹੋਣੀ ਚਾਹੀਦੀ ਹੈ? ਇੱਕ ਮੱਝ ਵਾਸਤੇ ਤਾਂ ਇੱਕ ਮਰਲਾ ਜਗ੍ਹਾ ਵੀ ਕਾਫੀ ਹੁੰਦੀ ਹੈ, ਠੀਕ ਹੈ, ਪਿਛਾਂ ਉੱਪਰ ਬੰਨਣ ਲਈ ਵੀ ਜਗ੍ਹਾ ਹੋ ਜਾਂਦੀ ਹੈ, ਪਿਛਾਂ ਬੰਨਣ ਲਈ ਵੀ ਹੋ ਜਾਂਦੀ ਹੈ। ਤੁਹਾਡੇ ਇਸ ਟਾਈਮ ਮਾਸ਼ਾਅੱਲਾ ਡੰਗਰ ਜਿਹੜੇ ਨੇ ਉਹਨਾਂ ਵਾਸਤੇ ਤੁਸੀਂ ਕਿੰਨੀ ਜਗ੍ਹਾ ਛੱਤੀ ਰੱਖੀਏ ਔਰ ਕਿੰਨੀ ਜਗ੍ਹਾ ਖੁੱਲੀ ਰੱਖੀ ਹੈ? ਸਾਡੇ ਜੀ ਇੱਕ ਨਾਲ ਜਿਹੜੀ ਨਾ ਬਿਲਕੁਲ ਛੱਤੀ ਹੈ, ਇੱਕ ਨਾਲ ਅਸੀਰ ਵਾਲੀ ਖੁੱਲੀ ਰੱਖੀ ਹੈ। ਕਿਹਾ ਤੁਸੀਂ ਪਾਣੀ ਦੇ ਇੰਤਜ਼ਾਮ ਵਾਸਤੇ ਪੂਲ ਵੀ ਬਣਾਇਆ? ਜੀ ਬਣਾਇਆ। ਪੂਲ ਦਾ ਕਿਸ ਤਰ੍ਹਾਂ ਇਸਤੇਮਾਲ ਕਰਦੇ ਹੋ? ਕੁਛ ਲੋਕ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਜਾਨਵਰ ਪਾਣੀ 'ਚ ਨਹੀਂ ਰਹਿਣਾ ਚਾਹੁੰਦੇ, ਤੁਹਾਡੀ ਕੀ ਖੁਆਇਸ਼ ਹੈ? ਜੀ ਸਾਡੀ ਖੁਆਇਸ਼ ਹੈ, ਬਾਕੀ ਜਿਸ ਭਰਾ ਨੇ ਆਖਿਆ ਕਿ ਜ਼ਿਆਦਾ ਦੇਰ ਪਾਣੀ 'ਚ ਨਹੀਂ ਰਹਿਣਾ ਚਾਹੁੰਦੇ ਤਾਂ ਨਹੀਂ ਰਹਿੰਦੇ ਡੰਗਰ ਜ਼ਿਆਦਾ ਦੇਰ ਪਾਣੀ 'ਚ, ਠੀਕ ਹੈ, ਆਪਣੀ ਮਰਜ਼ੀ ਨਾਲ ਜ਼ਿਆਦਾ ਤੋਂ ਜ਼ਿਆਦਾ 1 ਘੰਟਾ ਡੰਗਰ ਬਹਿਣਗੇ, ਉਸ ਤੋਂ ਬਾਅਦ ਬਾਹਰ ਆ ਜਾਂਦੇ। ਤੁਸੀਂ ਇਸ ਕੰਮ ਦੇ ਬਾਰੇ 'ਚ ਵੀ ਦੱਸ ਛੜਿਆ ਔਰ ਬੜੀ ਅਹਿਮ ਗੁਫ਼ਤਗੂ ਸਾਡੇ ਨਾਲ ਕੀਤੀ ਹੈ, ਸਾਡੇ ਨਾਜ਼ਰੀਨ ਨੂੰ ਤੁਸੀਂ ਯਕੀਨਨ ਆਪਣੀਆਂ ਗੱਲਾਂ ਨਾਲ ਰਾਜ਼ੀ ਕੀਤਾ ਹੋਏਗਾ। ਕੋਈ ਐਸੀ ਗੱਲ ਜਿਹੜੀ ਮੈਂ ਨਹੀਂ ਪੁੱਛ ਸਕਿਆ ਔਰ ਤੁਸੀਂ ਸਮਝਦੇ ਹੋ ਕਿ ਕਿਸਾਨ ਭਰਾਵਾਂ ਨੂੰ ਡੰਗਰ ਰੱਖਣ ਵਾਲਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਦਾ ਨੁਕਸਾਨ ਨਾ ਹੋਵੇ, ਉਹ ਆਪਣੇ ਤੌਰ 'ਤੇ ਜ਼ਰਾ ਸ਼ੇਅਰ ਕਰ ਦਿਓ ਕਿ ਅਗਰ ਭਰਾ ਕਿਸੇ ਨੇ ਇਹ ਕੰਮ ਕੋਈ ਕਰਦਾ ਹੋਵੇ ਜਾਂ ਕਰਨਾ ਚਾਹੁੰਦਾ ਹੋਵੇ, ਇਹ ਕੰਮ 'ਚ ਬਿਹਤਰ ਹੈ ਇਹ ਕਿ ਉਹ ਆਲਾ ਨਸਲ ਦੀ ਜਾਂ ਮੱਝਾਂ ਲਿਆਵੇ ਜਿਨ੍ਹਾਂ ਦਾ ਕੰਮ ਪੇਸ਼ ਵੀ ਦੁੱਧ 15-16 ਲੀਟਰ ਮੱਝ ਦੇਵੇ। ਠੀਕ ਹੈ। ਅੱਛਾ, ਆਲਾ ਨਸਲ ਦੀਆਂ ਮੱਝਾਂ ਜਿਹੜੀਆਂ ਉਹ ਕਿਸ ਇਲਾਕੇ 'ਚ ਮਿਲਦੀਆਂ? ਜੀ ਉਹ ਨੀਲੀ ਰਾਵੀ ਦੀ ਮੱਝ ਜਿਹੜੀ ਹੋਏਗੀ ਉਹ ਅਕਸਰ ਚੰਗੀ ਨਿਕਲੇਗੀ। ਆਮ ਤੌਰ 'ਤੇ ਉਸ ਇਲਾਕੇ ਦੇ ਵਿੱਚ ਮੱਝਾਂ ਦੇ ਕੀ ਰੇਟ ਨੇ? ਸਾਡੀ ਨਜ਼ਰ 'ਚ ਇਸ ਲਈ ਵੀ ਮੱਝ ਉੱਥੇ 2-2 ਹੀ ਲੱਭੇਗੀ। ਅੱਛਾ, ਤੁਸੀਂ ਉਸ ਇਲਾਕੇ 'ਚ ਮੱਝਾਂ ਲੈ ਕੇ ਆਉਂਦੇ ਹੋ? ਜੀ ਅਸੀਂ ਉਸ ਇਲਾਕੇ 'ਚੋਂ ਮੱਝਾਂ ਲਿਆਈ ਦੀਆਂ ਨੇ ਜਿਹੜੀਆਂ ਫਰੋਖਤ ਕਰੀ ਦੀਆਂ ਨੇ, ਆਮ ਆਸਾਂ ਵੀ ਜਿਹੜੀਆਂ ਮੱਝਾਂ ਬਣਾਈਆਂ ਨੇ ਇਸ ਲਈ ਸਾਡੀਆਂ ਮੱਝਾਂ ਜ਼ਿਆਦਾ ਉੱਧਰ ਦੀਆਂ। ਉਸ ਇਲਾਕੇ ਤੋਂ ਮੱਝਾਂ ਲਿਆ ਕੇ ਆਮ ਤੌਰ 'ਤੇ ਕਿਸਾਨ ਕਹਿੰਦੇ ਨੇ ਕਿ ਉਹ ਇੱਧਰ ਆ ਕੇ ਬਾਅਦ ਮੱਝਾਂ ਸੈੱਟ ਨਹੀਂ ਰਹਿੰਦੀਆਂ, ਕੀ ਸਮੇਂ ਦੇ ਉਹਨਾਂ ਨੂੰ ਸੈੱਟ ਰੱਖਣ ਵਾਸਤੇ ਕੋਈ ਗਿਜ਼ਾ ਵੀ ਤਬਦੀਲੀ? ਜੀ ਜਿਹੜਾ ਭਰਾ ਉੱਥੋਂ ਜਾ ਕੇ ਲਏ ਉਹਨੂੰ ਤਾਂ ਚਾਹੀਦਾ ਉੱਥੇ ਗੱਡੀ ਦੇ ਲੱਦਣ ਤੋਂ ਵੀ ਪਹਿਲਾਂ ਵੀ ਉਹਨੂੰ 5 ਗ੍ਰਾਮ ਲਾਏ, ਇੱਥੇ ਲਿਆ ਕੇ ਉਤਾਰਨ ਲੱਗਿਆ ਵੀ 5 ਗ੍ਰਾਮ ਲਾਏ। ਜੀ ਇੱਕ ਹਫ਼ਤਾ ਤਕਰੀਬਨ ਉਹਨੂੰ ਰੋਜ਼ 1 ਕਿਲੋ ਗੰਢੇ ਦੇ ਅਤੇ ਮੱਝ ਬਿਲਕੁਲ ਉਹਨੂੰ ਉੱਧਰ ਦੀ ਜੂ ਦਾ ਬਾਹਰੋਂ ਖਰੀਦ ਕੇ ਲਈ ਦੀ ਚੱਕਾਂ ਚੋਂ। ਬਹੁਤ ਸ਼ੁਕਰੀਆ ਨਵੀਦ ਸਾਹਿਬ, ਤੁਸੀਂ ਬੜੀ ਅੱਛੀ ਮਾਲੂਮਾਤ ਦਿੱਤੀ ਹੈ। ਅਸਲਾਮ ਵਾਲੇਕੁਮ।